ਤੇ ਹੁਣ ਤੁਸੀਂ ਸੰਤੁਸ਼ਟ ਹੋ ਕਿੱਥੇ ਖੜੇ ਹੋ ਪੰਜਾਬ ਦੀ ਸਥਿਤੀ ਕੀ ਹੈ ਇਹਦੇ ਬਾਰੇ ਪਹਿਲਾਂ ਜਾਣਨੇ ਆਪਾਂ ਸਾਨੂੰ ਗਲਾਟੀ ਸਾਹਿਬ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਕਿ ਸਾਡਾ ਜੋ ਹੈ 30 ਸਾਲ 2013 14 ਤੋਂ ਫਸਲੀ ਵਿਭਿੰਨਤਾ ਦਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਔਰ ਜਿਸ ਦੀ ਜ਼ਿੰਮੇਵਾਰੀ ਖੇਤੀਬਾੜੀ ਵਿਭਾਗ ਨੂੰ ਸੌਂਪੀ ਗਈ ਹੈ ਔਰ ਸਾਡਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਪਹਿਲਾ ਇਹ ਕੰਮ ਸੀਗਾ ਅਸੀਂ ਝੋਨੇ ਥੱਲੇ ਕੋਈ ਕਰੀਬ 2.5 ਲੱਖ ਹੈਕਟੇਅਰ ਰਕਬਾ ਹੈ ਉਹਦੇ ਥੱਲੇ ਕੋਈ 12 ਲੱਖ ਹੈਕਟੇਅਰ ਰਕਬਾ ਜਿਹੜਾ ਅਸੀਂ ਦੂਸਰੀਆਂ ਫਸਲਾਂ ਥੱਲੇ ਲਿਆਉਣਾ ਹੈ ਕਿਉਂਕਿ ਐਤਕੀ ਅਸੀਂ ਸ਼ੁਰੂਆਤ ਜਿਹੜੀ ਹੈ ਪਿਛਲੇ ਸੀਜ਼ਨ ਸਾਉਣੀ 2013 ਤੋਂ ਕੀਤੀ ਹੈ ਉਹਦੇ ਵਿੱਚ ਅਸੀਂ ਪਹਿਲਾਂ ਤਾਂ ਆਈਡੈਂਟੀਫਾਈ ਕੀਤੀ ਹੈ ਕਿ ਉਹ ਕਿਹੜੀਆਂ ਬਦਲੀਆਂ ਫਸਲਾਂ ਹੋ ਸਕਦੀਆਂ ਹੈ ਔਰ ਇਹਨਾਂ ਫਸਲਾਂ ਦੇ ਵਿੱਚ ਇੱਕ ਮੱਕੀ ਜਿਹੜੀ ਸੀ ਉਹ ਇੱਕ ਮੁੱਖ ਤੌਰ 'ਤੇ ਜਿਹੜੀ ਆ ਫਸਲ ਹੈ ਜਿਹੜੀ ਘੱਟ ਪਾਣੀ ਲੈਂਦੀ ਹੈ ਔਰ ਇਸ ਫਸਲ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਔਰ ਫੌਰੀ ਤੌਰ ਦੇ ਉੱਤੇ ਕੈਬਨਿਟ ਵੱਲੋਂ ਇਹ ਪਾਸ ਕੀਤਾ ਗਿਆ ਕਿ ਮੱਕੀ ਤੋਂ ਆਪਾਂ ਇਹ ਜਿਹੜੀ ਕੰਮ ਸ਼ੁਰੂਆਤ ਕਰੀਏ ਔਰ ਇਹਦੇ ਵਾਸਤੇ ਅਸੀਂ 75% ਬੀਜ ਜਿਹੜਾ ਹੈ ਉਹ ਮੱਕੀ ਹਾਈਬ੍ਰਿਡ ਕਿਸਮਾਂ ਦਾ ਜਿਹੜਾ ਕਿਸਾਨਾਂ ਨੂੰ ਸਬਸਿਡੀ ਦੇ ਦਿੱਤਾ ਗਿਆ ਔਰ ਜਿਸ ਖੇਤ ਵਿੱਚ ਅਸੀਂ ਖੜੇ ਹਾਂ ਇੱਥੇ ਵੀ ਜਿਹੜੀ ਮੱਕੀ ਦੀ ਕਿਸਮ ਹੈ ਜਿਹੜੀ P3396 ਲਾਈ ਸੀ ਔਰ ਜਿਸ 'ਤੇ ਬੜੇ ਸੋਹਣੇ ਸਾਨੂੰ ਸਿੱਟੇ ਮਿਲੇ ਨੇ ਔਰ ਮੈਂ ਸਮਝਦਾ ਕਿ ਜਿਹੜਾ ਓਵਰਆਲ ਜਿਹੜਾ ਮੱਕੀ ਦਾ ਏਰੀਆ ਅਸੀਂ ਵਧਾਉਣ ਦੀ ਗੱਲ ਕੀਤੀ ਹੈ ਕਿ ਪਿਛਲੇ ਵਾਰੀ ਸਾਡੇ ਕੋਲ ਕੋਈ 1.29 ਲੱਖ ਹੈਕਟੇਅਰ ਰਕਬਾ ਸੀਗਾ ਐਤਕੀ ਅਸੀਂ ਘੱਟੋ ਘੱਟ ਅਸੀਂ 1.5 ਲੱਖ ਦਾ ਟੀਚਾ ਇਹ ਮਿਥ ਕੇ ਚੱਲੇ ਸੀ ਪਰ ਮੈਨੂੰ ਖੁਸ਼ੀ ਦੀ ਗੱਲ ਹੈ ਕਿ 1.52 ਲੱਖ ਹੈਕਟੇਅਰ ਰਕਬੇ ਥੱਲੇ ਜਿਹੜਾ ਮੱਕੀ ਦਾ ਰਕਬਾ ਵਧਿਆ ਔਰ ਇਸ ਤਰ੍ਹਾਂ ਕਰਕੇ ਅਸੀਂ ਪਿਛਲੇ ਸਾਲ ਨਾਲੋਂ 23,000 ਤੋਂ ਜ਼ਿਆਦਾ ਰਕਬਾ ਜਿਹੜਾ ਉਹ ਮੱਕੀ ਥੱਲੇ ਵਧਾਇਆ ਔਰ ਇਸ ਵਾਸਤੇ ਕਿਸਾਨਾਂ ਨੇ ਜਿਹੜੀਆਂ ਅਸੀਂ ਸਬਸਿਡੀ ਦੇ ਕਿਸਮਾਂ ਦਿੱਤੀਆਂ ਨੇ 2 TX 369 ਅਤੇ P3396 ਔਰ ਇਹ ਅਸੀਂ ਸਾਰੇ ਖੇਤਾਂ ਦੇ ਵਿੱਚ ਜਾ ਕੇ ਵੀ ਵੇਖਿਆ ਔਰ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਬਹੁਤ ਸੋਹਣਾ ਸਾਨੂੰ ਨਤੀਜੇ ਮਿਲੇ ਨੇ ਔਰ ਕਿਸਾਨਾਂ ਨੇ ਇਸ ਗੱਲ ਨੂੰ ਬੜਾ ਸਰਾਹਿਆ ਕਿ ਜੇਕਰ ਅਸੀਂ ਇਸ ਤਰ੍ਹਾਂ ਦਾ ਜਿਹੜਾ ਝਾੜ ਨਿਕਲਦਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਜਿਹੜਾ ਮੱਕੀ ਹੈ ਝੋਨੇ ਦੇ ਬਦਲ ਵਜੋਂ ਆਲਰੇਡੀ ਅਸੀਂ ਫਸਲ ਲਿਆ ਸਕਦੇ ਹਾਂ ਅੱਛਾ ਜਿਹੜੇ ਖੇਤ ਦੇ ਵਿੱਚ ਅਸੀਂ ਖੜੇ ਹਾਂ ਕਿਉਂਕਿ ਇਹ ਕਰਨਲ ਸਾਹਿਬ ਦਾ ਖੇਤ ਆ ਔਰ ਇਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੀ ਮੱਕੀ ਹੈ ਇਹਨੂੰ ਕੋਈ ਪਾਣੀ ਨਹੀਂ ਲਾਇਆ ਔਰ ਜੇ ਅਸੀਂ ਖਾਦ ਵੀ ਲਾਈ ਹੈ ਉਹ ਵੀ ਅਸੀਂ ਮੀਂਹ ਦੇ ਵਿੱਚ ਲਾਈ ਅਤੇ ਬਿਨਾਂ ਪਾਣੀ ਲਗਾਏ ਇਹ ਜਿਹੜਾ ਮੱਕੀ ਦਾ ਖੇਤ ਜਿਹੜਾ ਇਹਨੂੰ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਔਰ ਮੱਕੀ ਸਾਡੇ ਸਾਹਮਣੇ ਹੈ ਔਰ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਹੈਗਾ ਕਿ ਇਹ ਘੱਟੋ ਘੱਟ 9 ਟਨ ਪ੍ਰਤੀ ਹੈਕਟਰ ਦੇ ਹਿਸਾਬ ਦੇ ਨਾਲ ਇਹਨਾਂ ਝਾੜ ਮਿਲਦੀ ਸੰਭਾਵਨਾ ਹੈ ਬਹੁਤ ਵਧੀਆ ਗੱਲ ਹੈ ਕਿ ਦੇਖੋ ਜਦੋਂ ਤਕਨੀਕਾਂ ਅਸੀਂ ਅਪਣਾਉਂਦੇ ਹਾਂ ਅਤੇ ਫਿਰ ਨਤੀਜੇ ਜਿਹੜੇ ਨੇ ਵਧੀਆ ਨਜ਼ਰ ਆਉਂਦੇ ਨੇ ਮੈਂ ਚਾਹਾਂਗਾ ਕਿ ਜਿਹੜਾ ਵੀ ਕਰਨਲ ਸਾਹਿਬ ਦੀ ਨਾਲ ਗੱਲ ਕੀਤੀ ਹੈ ਉਹ ਸਾਡੇ ਲਾਗੇ ਆਉਣ ਕਿਉਂਕਿ ਉਹਨਾਂ ਨਾਲ ਵੀ ਆਪਾਂ ਗੱਲਾਂ ਸਾਂਝੀਆਂ ਕਰਾਂਗੇ ਅਤੇ ਇਸ ਤੋਂ ਪਹਿਲਾਂ ਕਿ ਕਰਨਲ ਸਾਹਿਬ ਲਾਗੇ ਆਉਣ ਮੈਂ ਚਾਹੁੰਦਾ ਕਿ ਸਾਡੇ ਕੋਲ ਸਰਵਨ ਸਿੰਘ ਬੈਂਸ ਜਿਹੜੇ ਕਿ ਪੰਜਾਬ ਰਾਜ ਫਾਰਮਰਸ ਕਮਿਸ਼ਨ ਤੋਂ ਆਏ ਨੇ ਔਰ ਸਾਬਕਾ ਡਾਇਰੈਕਟਰ ਨੇ ਪੰਜਾਬ ਖੇਤੀਬਾੜੀ ਮਹਿਕਮੇ ਦੇ ਬੈਂਸ ਸਾਹਿਬ ਦੇਖੋ ਮੱਕੀ ਬਾਰੇ ਕਾਫੀ ਤੁਸੀਂ ਕਿਉਂਕਿ ਫਾਰਮਰਸ ਕਮਿਸ਼ਨ ਤੋਂ ਕਿਸਾਨ ਕਮਿਸ਼ਨ ਤੋਂ ਹੈਗੇ ਹੋ ਤੁਹਾਡੀ ਸੋਚ ਕੀ ਕਹਿੰਦੀ ਹੈ ਕਿ ਮੱਕੀ ਦਾ ਭਵਿੱਖ ਕਿੰਨਾ ਕੁ ਫਾਇਦੇਮੰਦ ਸਾਬਤ ਹੋ ਸਕਦਾ ਹੈ ਤੁਸੀਂ ਡਾਇਰੈਕਟਰ ਵੀ ਰਹੇ ਹੋ ਔਰ ਪੁਰਾਣੀ ਤੁਸੀਂ ਤਜਰਬੇ ਵੀ ਸਾਡੇ ਨਾਲ ਸਾਂਝੇ ਕਰੋ ਕਿਉਂਕਿ ਮੱਕੀ ਇੱਕ ਅਜਿਹੀ ਫਸਲ ਹੈ ਜਿਹਦੇ ਨਾਲ ਦੇਖੋ ਪੰਜਾਬ ਦੇ ਪਾਣੀ ਦੀ ਗੱਲ ਹੁੰਦੀ ਹੈ ਉਹਨੂੰ ਆਪਾਂ ਬਚਾ ਸਕਦੇ ਹਾਂ ਗਲਾਟੀ ਸਾਹਿਬ ਪੰਜਾਬ ਸਟੇਟ ਫਾਰਮਰਸ ਕਮਿਸ਼ਨ ਇੱਕ ਐਸਾ ਅਦਾਰਾ ਹੈ ਜਿਸ ਵਿੱਚ ਹਰ ਵਕਤ ਸੋਚਿਆ ਜਾਂਦਾ ਕਿ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਕਿਵੇਂ ਉਜਵਲ ਕੀਤਾ ਜਾਵੇ 28 ਲੱਖ ਹੈਕਟੇਅਰ ਏਰੀਆ ਇਸ ਵੇਲੇ ਪੰਜਾਬ ਦਾ ਸਾਉਣੀ ਦੇ ਵਿੱਚ ਝੋਨੇ ਥੱਲੇ ਆ ਗਿਆ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਲੋਕਾਂ ਨੂੰ ਆਪਣੇ ਟਿਊਬਵੈੱਲ ਵਾਰ ਵਾਰ ਡੂੰਘੇ ਕਰਕੇ ਸਮਰਸੀਬਲ ਪੰਪ ਲਗਾਉਣੇ ਪੈ ਰਹੇ ਨੇ ਖਰਚਾ ਵੱਧ ਰਿਹਾ ਹੈ ਨਾਲ ਦੀ ਨਾਲ ਬਿਜਲੀ ਦੀ ਖਪਤ ਵੀ ਵੱਧ ਹੋ ਰਹੀ ਹੈ ਸੋ ਵਿਚਾਰ ਕੀਤਾ ਗਿਆ ਕਿ ਕਿਹੜੀ ਫਸਲ ਹੈ ਜਿਹੜੀ ਝੋਨੇ ਕੋਲੋਂ ਰਕਬਾ ਘਟਾਇਆ ਕਿ ਅਸੀਂ ਉਹਦੇ ਥੱਲੇ ਲਿਆ ਸਕੀਏ ਵਾਰ ਵਾਰ ਸੋਚਣ ਤੋਂ ਬਾਅਦ ਤਜਰਬੇ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਮੱਕੀ ਕਿਸੇ ਵੇਲੇ 5 ਲੱਖ ਹੈਕਟੇਅਰ ਪੰਜਾਬ ਦੇ ਵਿੱਚ ਬੀਜੀ ਜਾਂਦੀ ਸੀ ਜਲੰਧਰ ਹੋਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਤੋਂ ਇਲਾਵਾ ਵੀ ਮੋਗਾ ਪਟਿਆਲੇ ਵਿੱਚ ਵੀ ਇਹ ਮੱਕੀ ਬਹੁਤ ਅੱਛੇ ਤਰੀਕੇ ਨਾਲ ਬੀਜੀ ਜਾਂਦੀ ਸੀ ਅਤੇ ਇਸ ਵੇਲੇ ਸਾਰਾ 1.5 ਲੱਖ ਹੈਕਟੇਅਰ ਏਰੀਆ ਰਹਿ ਗਿਆ ਪਾਣੀ ਜਿਵੇਂ ਕਿ ਡਾਇਰੈਕਟਰ ਐਗਰੀਕਲਚਰ ਨੇ ਦੱਸਿਆ ਕਿ ਪਾਣੀ ਦੀ ਬੜੀ ਘੱਟ ਲੋੜ ਹੈ 2-3 ਪਾਣੀਆਂ ਦੇ ਨਾਲ ਹੀ ਇਹ ਮੱਕੀ ਦੀ ਫਸਲ ਪੈਦਾ ਹੋ ਜਾਂਦੀ ਜਦਕਿ 32-33 ਪਾਣੀ ਚਾਹੀਦੇ ਨੇ ਝੋਨੇ ਵਾਸਤੇ ਸੋ ਇਹ ਵਿਚਾਰਾਂ ਕਰਨ ਉਪਰੰਤ ਇਹੀ ਹੈ ਕਿ ਹਾਈਬ੍ਰਿਡ ਸੀਡ ਜਿਨ੍ਹਾਂ ਦੀ ਇਸ ਵੇਲੇ ਝਾੜ ਬਹੁਤ ਅੱਛਾ ਆ ਰਿਹਾ ਵੱਖ ਵੱਖ ਕੰਪਨੀਆਂ ਦੇ ਅਦਾਰਿਆਂ ਨੇ ਹਾਈਬ੍ਰਿਡ ਸੀਡ ਪੈਦਾ ਕੀਤੇ ਨੇ ਕਿ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰੀਏ ਔਰ ਹਾਈਬ੍ਰਿਡ ਸੀਡ ਦੇ ਜੇ 25 ਕੁਇੰਟਲ ਏਕੜ ਦਾ ਝਾੜ ਆ ਜਾਏ ਤਾਂ ਇਹ ਝੋਨੇ ਦਾ ਮੁਕਾਬਲਾ ਕਰ ਸਕਦੀ ਹੈ ਔਰ ਦੇਖੋ ਬੜੀ ਵਧੀਆ ਗੱਲ ਹੈ ਕਿ ਪਾਣੀ ਘੱਟ ਲੱਗਦਾ ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਪਾਣੀ ਬੜਾ ਘੱਟ ਲੱਗਿਆ ਜਿਸ ਖੇਤ 'ਚ ਆਪਾਂ ਖੜ੍ਹੇ ਹਾਂ ਔਰ ਬੈਂਸ ਸਾਹਿਬ ਨੇ ਗੱਲ ਕੀ ਕਿਤੇ ਕਿਸੇ ਵੇਲੇ ਸਾਡੇ ਕੋਲ 5 ਲੱਖ ਹੈਕਟੇਅਰ ਮੱਕੀ ਥੱਲੇ ਰਕਬਾ ਹੁੰਦਾ ਸੀ
ਤੇ ਹੁਣ ਲਾਗੇ ਆ ਗਏ ਨੇ ਜੀ ਕਰਨਲ ਸਾਹਿਬ ਜਿਨ੍ਹਾਂ ਦਾ ਖੇਤ ਹੈ। ਕਰਨਲ ਸਾਹਿਬ ਲਾਗੇ ਆਓ ਤੇ ਪਹਿਲਾਂ ਤੇ ਆਪਣਾ ਨਾਮ ਦੱਸੋ। ਜੀ ਮੇਰਾ ਨਾਮ ਹੈਗਾ ਕਰਨ ਮਨਜੀਤ ਸਿੰਘ ਜੀ। ਅੱਛਾ ਮਨਜੀਤ ਸਿੰਘ ਜੀ, ਖੇਤ ਆਪਣਾ ਕਿੰਨੀ ਮੱਕੀ ਲਾਈ ਹੈ ਤੇ ਕਿਸ ਢੰਗ ਨਾਲ ਤੁਸੀਂ ਕਿੰਨਾ ਝਾੜ ਤੁਹਾਨੂੰ ਮਿਲਿਆ, ਕੀ ਤੁਸੀਂ ਸੰਤੁਸ਼ਟ ਹੋ ਝੋਨੇ ਦੇ ਮੁਕਾਬਲੇ? ਸਾਰੀਆਂ ਗੱਲਾਂ ਸਾਡਾ ਸਾਂਝੀਆਂ ਕਰੋ। ਦੇਖੋ ਜੀ, ਖੇਤ ਅਸੀਂ ਲਾਇਆ ਸੀਗਾ ਤਕਰੀਬਨ 5.5 ਏਕੜ ਲਾਏ ਸੀਗੇ। ਸਬਸਿਡੀ 'ਤੇ ਸਾਨੂੰ ਬੀਜ ਮਿਲਿਆ ਸੀ ਬਲੋਕ ਆਦਮਪੁਰ ਤੋਂ। ਅਤੇ ਜਿਹੜੇ ਜਿਸ ਤਰ੍ਹਾਂ ਦੱਸਿਆ ਸੀ ਡਾਇਰੈਕਟਰ ਸਾਹਿਬ ਨੇ ਵੀ ਐਗਰੀਕਲਚਰ ਦੇ, ਵੀ ਇਹਦੇ 'ਚ ਪਾਣੀ ਲਾਉਣ ਦੀ ਸਾਨੂੰ ਲੋੜ ਨਹੀਂ ਪਈ। ਇਨਫੈਕਟ ਪਾਣੀ ਕੱਢਣਾ ਪਿਆ, ਅਤੇ ਖੜ੍ਹਾ ਰਹਿ ਗਿਆ ਸੀ ਜਦੋਂ ਬਰਸਾਤਾਂ ਆਈਆਂ ਨੇ। ਅਤੇ ਜਿਹੜੀ ਹੈਗੀ ਝਾੜ ਦੀ ਗੱਲ, ਅਸੀਂ ਇਸ ਵੇਲੇ ਇਹਨੂੰ ਹੱਥ ਨਾਲ ਤੁੜਾ ਰਹੇ ਨੇ ਅਤੇ ਹਾਲੇ ਝਾੜ ਅਸੀਂ ਕੱਢਣੀ ਹੈਗੀ ਮੱਕੀ, ਅਤੇ ਇਸ ਕਰਕੇ ਮੈਂ ਕੋਈ ਕਮੈਂਟ ਨਹੀਂ ਦੇ ਸਕਦਾ ਸੀ। ਬਟ ਜਿਹੜੇ ਆਪਣੇ ਪਾਨੀਅਰ ਸੀਡ ਕੰਪਨੀ ਵਾਲੇ, ਉਹਨਾਂ ਨੇ ਕੱਢਿਆ, ਉਹ ਕਹਿੰਦੇ ਰਫਲੀ ਤੁਹਾਡਾ 30 ਕੁਇੰਟਲ ਤਾਂ ਨਿਕਲੇਗਾ ਏਕੜ ਦਾ, ਜੋ 30 ਕੁਇੰਟਲ ਏਕੜ ਦਾ ਜਿਹੜੇ ਪਾਨੀਅਰ ਸੀਡ ਕੰਪਨੀ ਵਾਲੇ ਦੱਸਦੇ ਨੇ। ਅੱਛਾ ਗੱਲ ਹੈ, ਚਲੋ 30 ਕੁਇੰਟਲ ਤੋਂ ਪਹਿਲੇ ਲਈ 25 ਕੁਇੰਟਲ ਲੈ ਲਈਏ। ਸਾਹਿਬ ਬੈਂਸ ਸਾਹਿਬ ਨੇ ਕਿਹਾ ਕਿ 25 ਕੁਇੰਟਲ ਝਾੜ ਨਿਕਲੇ ਅਤੇ ਝੋਨੇ ਦਾ ਮੁਕਾਬਲਾ ਹੋ ਸਕਦਾ। ਤੁਸੀਂ ਕੀ ਸਮਝਦੇ ਹੋ ਕਿ ਝੋਨਾ ਅਤੇ ਮੱਕੀ ਦੀ ਜਿਹੜੀ ਕੁੱਲ ਆਮਦਨ ਆਪਾਂ ਗੱਲ ਕਰੀਏ, ਕ੍ਰੋਸ ਰਿਟਰਨ ਜਿਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ, ਕੁੱਲ ਜਿਹੜੀ ਫਸਲ ਜਿਹੜੀ ਵਟਕ ਹੁੰਦੀ ਕੁੱਲ, ਉਹ ਕਿੰਨਾ ਕੁ ਉਹਦਾ ਫਰਕ ਪੈਂਦਾ ਕਿ ਵਧੀਆ ਹੁੰਦੀ ਮੱਕੀ ਜਿਹੜੀ ਝੋਨੇ ਦੀ ਵਧੀਆ ਰਹਿੰਦੀ ਹੈ? ਨੈੱਟ ਪ੍ਰੋਫਿਟ, ਨੈੱਟ ਪ੍ਰੋਫਿਟ ਜੀ ਇਸ ਤਰ੍ਹਾਂ ਹੈਗਾ ਵੀ ਇਹ ਤਾਂ ਜਿਹੜਾ ਹੁਣ ਤੁਹਾਨੂੰ ਰੇਟ ਮਿਲਦਾ ਉਹਦੇ 'ਤੇ ਡਿਪੈਂਡ ਮੁਨਸਰ ਕਰਦਾ। ਹੁਣ ਜਿਸ ਤਰ੍ਹਾਂ ਝੋਨੇ ਦਾ ਫਿਕਸਡ ਹੈ, ਅਤੇ ਜਿਸ ਤਰ੍ਹਾਂ ਤੁਸੀਂ ਜਾਗਰੂਕ ਹੈਗੇ ਸਾਰੇ, ਤੁਸੀਂ ਉਹ ਪੜ੍ਹਿਆ ਵੀ ਹੋਣਾ ਆਰਟੀਕਲ, ਇੱਕ ਆਪਣੇ ਐਗਰੀਕਲਚਰ ਵਿਸ਼ੇਸ਼ਗੇ ਨੇ ਲਿਖਿਆ ਸੀਗਾ, ਉਹ ਕਹਿੰਦਾ ਸੀ ਵੀ ਜਦ ਤੱਕ ਇਹਦਾ ਰੇਟ ਨਹੀਂ ਫਿਕਸ ਹੋਏਗਾ ਹਾਇਰ, ਤਦ ਤੱਕ ਮਤਲਬ ਅਸੀਂ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਰਾਈਜ਼ ਦੇ ਨਾਲ। ਪਰ ਦੂਜੀ ਗੱਲ ਇਹ ਹੈ ਜਿਹੜੀ ਮੈਂ ਸਾਂਝ ਕਰਨੀ ਚਾਹੂੰਗਾ ਵੀ ਜਿਹੜਾ ਰਕਬਾ ਅਸੀਂ ਝੋਨੇ ਲਈ ਬੀਜ ਵੀ ਸਕਦੇ ਹਾਂ, ਉਹ ਵੀ ਡਿਪੈਂਡ ਕਰਦਾ ਕਿੰਨਾ ਅਸੀਂ ਪਾਣੀ ਦੇ ਸਕੀਏ ਟਾਈਮ 'ਤੇ, ਟਿਊਬਲਾਂ 'ਤੇ ਡਿਪੈਂਡ ਕਰਦਾ। ਅਤੇ ਇਸ ਕਰਕੇ ਜਿਹੜੇ ਖੇਤ ਖਾਲੀ ਬਚ ਜਾਂਦੇ ਆ ਉਹਦੇ 'ਚ ਆਪਾਂ ਮੱਕੀ ਬੀਜ ਸਕਦੇ, ਜਿਹੜਾ ਕਿ ਜਿਸ ਤਰ੍ਹਾਂ ਨਾਲ ਬਿਨਾਂ ਪਾਣੀ ਦੇ ਸਾਡੀ ਹੋ ਗਈ ਹੈ ਫਸਲ। ਅਤੇ ਇਹ ਇਸੇ ਦਾ ਹੀ ਇੱਕ ਥੋਟ ਪ੍ਰੋਸੈਸ ਹੈਗਾ ਵੀ ਜਿੰਨਾ ਅਸੀਂ ਝੋਨਾ ਲਾ ਸਕਦੇ ਉਹਨਾਂ ਲਾ ਸਕਦੇ, ਵੀ ਜਿਹੜੀ ਖੇਤ ਬਚ ਜਾਂਦੇ ਆ ਉਹਨਾਂ ਦੀ ਪੈਦਾਵਾਰ ਕਿਸ ਤਰ੍ਹਾਂ ਵਧਾਈਏ, ਉਹਦੇ ਲਈ ਅਸੀਂ ਮੱਕੀ ਲਾਈ ਸੀਗੀ। ਬੜੀ ਚੰਗੀ ਗੱਲ ਹੈ। ਦੇਖੋ ਗੱਲ ਇਹ ਹੈ ਕਿ ਇਸ ਤੋਂ ਹੋਰ ਆਪਾਂ ਸੋਚ ਨੂੰ ਅਗਰ ਸ਼ਿੰਗਾਰ ਦਈਏ ਤਾਂ ਦੇਖੋ ਗੱਲ ਇਹ ਹੈ ਕਿ ਮੇਰਾ ਇਹ ਨਹੀਂ ਕਿ ਆਪਾਂ ਉਹਨਾਂ ਉਸ ਰਕਬੇ 'ਚ ਹੀ ਆਪਾਂ ਮੱਕੀ ਲਾਈ ਜਿੱਥੇ ਪਾਣੀ ਦੀ ਕਮੀ, ਆਪਾਂ ਉੱਥੇ ਵੀ ਲਾਈ ਜਿੱਥੇ ਝੋਨਾ ਛੱਡ ਕੇ ਮੱਕੀ ਲਾਈਏ। ਦੇਖੋ ਇਹ ਸੁਣਿਆ ਵੀ ਜਾਣਾ ਚਾਹੀਦਾ। ਦੇਖੋ ਪਾਣੀ ਸਾਡਾ ਬੜਾ, ਦੇਖੋ ਕਰਨਲ ਸਾਹਿਬ ਤੁਸੀਂ ਫੌਜ 'ਚ ਹੀ ਰਹੇ ਔਰ ਫੌਜ ਦੇ ਨਾਤੇ ਤੁਸੀਂ ਦੇਖ ਰਹੇ ਕਿ ਉਹ ਪੈਦਾਵਾਰ ਕਰ ਲੈਂਦਾ ਮੰਡੀ 'ਚ ਜਾ ਕੇ ਫਿਰ ਉਹਨੂੰ ਰੋਲਾ ਪੈਂਦਾ। ਬਿਲਕੁਲ ਜੀ ਗੁਲਾਟੀ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਸਮਰਥਨ ਮੁੱਲ ਆ ਜਿਸ ਨੂੰ ਅਸੀਂ MSP ਕਹਿੰਦੇ ਹਾਂ, ਉਹ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ ਵੱਖ ਵੱਖ ਫਸਲਾਂ ਦੀ। ਸੋ ਸਾਡੇ ਜਿਹੜੀਆਂ ਸੂਬੇ ਦੀਆਂ ਮੁੱਖ ਫਸਲਾਂ ਜਿਹੜੀਆਂ ਨੇ ਉਹ ਕਣਕ ਅਤੇ ਝੋਨਾ, ਜਿਸ ਦੀ ਸ਼ੋਰ ਮਾਰਕੀਟਿੰਗ ਵਗੈਰਾ ਔਰ MSP ਦੇ ਉੱਤੇ ਜਿਹੜੀ ਸਰਕਾਰ ਵੱਲੋਂ ਵੀ ਪ੍ਰੋਕਿਓਰਮੈਂਟ ਕੀਤੀ ਜਾਂਦੀ ਹੈ। ਸੋ ਜਿੱਥੋਂ ਤੱਕ ਮੱਕੀ ਦਾ ਸਵਾਲ ਹੈ, ਮੱਕੀ ਨੂੰ ਅਸੀਂ ਹੁਣ ਪ੍ਰਮੋਟ ਕਰ ਰਹੇ ਹਾਂ ਔਰ ਜੋ ਇਹਦਾ ਸਮਰਥਨ ਮੁੱਲ ਆ ਉਸ ਤੋਂ ਆਮ ਤੌਰ 'ਤੇ 1300 ਰੁਪਏ ਦਾ ਫੀ ਕੁਆਂਟਲ ਜਿਹੜਾ ਰੇਟ ਹੈ ਇਸ ਵੇਲੇ, ਔਰ ਉਸ ਤੋਂ ਘੱਟ ਜਿਹੜਾ ਹੈ ਉਹ ਪ੍ਰੋਕਿਓਰਮੈਂਟ ਜਿਹੜੇ ਪ੍ਰਾਈਵੇਟ ਵਪਾਰੀ ਹੀ ਲੈਂਦੇ ਕਿਉਂਕਿ ਸਰਕਾਰੀ ਅਦਾਰਾ ਕੋਈ ਨਹੀਂ ਇਹਨੂੰ ਖਰੀਦਦਾ। ਔਰ ਇਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਹਦੇ ਵਿੱਚ ਮੋਇਸਚਰ ਜਿਹੜਾ ਹੈਗਾ ਉਹ 30% ਤੋਂ ਜ਼ਿਆਦਾ ਹੁੰਦਾ ਜਦੋਂ ਇਸ ਨੂੰ ਦਾਣੇ ਕੱਢ ਕੇ ਮਾਰਕੀਟ ਵਿੱਚ ਕਿਸਾਨ ਵੀਰ ਲੈ ਕੇ ਜਾਂਦੇ ਆ, ਔਰ ਉਹ ਜਿਹੜਾ ਮੋਇਸਚਰ ਕਰਕੇ ਹੀ ਜਿਹੜਾ ਉਹ ਕਿਸਾਨਾਂ ਨੂੰ ਘੱਟ ਮੁੱਲ ਮਿਲਦਾ। ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ੍ਹ ਹੀ ਸਾਡੇ ਸੂਬੇ ਦੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੈਲਾ ਖੁਰਦ ਵਿਖੇ ਇੱਕ ਮੇਜ਼ ਡਰਾਇਰ ਲਗਾਇਆ ਮੱਕੀ ਨੂੰ ਸੁਕਾਉਣ ਵਾਸਤੇ। ਜਿਹੜਾ ਨਿਰਧਾਰਤ ਇਹਨਾਂ ਦਾ ਮੋਇਸਚਰ ਹੈ ਉਹ 14% ਜਦੋਂ ਹੋ ਜਾਏਗਾ ਤਾਂ ਉਹਨਾਂ ਨੂੰ 400-500 ਰੁਪਇਆ ਕਿਸਾਨਾਂ ਨੂੰ ਫੀ ਕੁਆਂਟਲ ਜਿਹੜਾ ਫਾਇਦਾ ਹੋ ਜਾਏਗਾ, ਕਿਉਂਕਿ 1300 ਤੋਂ ਵੀ ਪਲੱਸ ਜਿਹੜਾ ਹੈ ਉਹ ਹੋ ਜਾਏਗਾ, ਕਿਉਂਕਿ ਜਿਹੜੇ ਵਪਾਰੀ ਨੇ ਲੈਣਾ, ਜਿਹੜੇ ਬੰਦੇ ਨੇ ਪ੍ਰੋਸੈਸਰ ਨੇ ਲੈਣਾ, ਉਹ ਕਿਉਂਕਿ ਇਸ ਨੂੰ ਲੌਂਗ ਟਾਈਮ ਵਾਸਤੇ ਸਟੋਰ ਵੀ ਕਰ ਸਕਦਾ। ਜੇਕਰ ਉਹ ਇਹ ਗਿੱਲੀ ਖਰੀਦੇਗਾ ਤਾਂ ਉਹਨੂੰ ਦੁਬਾਰਾ ਸੁਕਾ ਕੇ ਫਿਰ ਉਹਨੂੰ ਕਾਫੀ ਉਹਨੂੰ ਕੰਮ ਕਰਨਾ ਪੈਣਾ। ਔਰ ਜਿਹੜਾ ਕੱਲ੍ਹ ਅਸੀਂ ਸੈਲਾ ਖੁਰਦ ਵਿਖੇ ਜਿਹੜਾ ਬੇਸ ਡਰਾਇਰ ਲੱਗਿਆ ਉਹਦੀ ਕਪੈਸਿਟੀ ਹੈਗੀ 64 ਟਨ ਰੋਜ਼ਾਨਾ, ਉਹਦੇ 'ਚ ਡਰਾਇਰ ਜਿਹੜਾ ਹੋ ਸਕਦਾ 4 ਉਹਦੇ ਚੈਂਬਰ ਨੇ 16-16 ਟਨ ਦੇ। ਔਰ ਇਸੇ ਤਰ੍ਹਾਂ ਹੀ ਜਿਹੜਾ ਇੱਕ ਨਵਾਂ ਸ਼ਹਿਰ ਦੇ ਵਿੱਚ ਵੀ ਆਉਂਦੇ ਥੋੜ੍ਹੇ ਦਿਨਾਂ ਦੇ ਵਿੱਚ ਉਹਦਾ ਵੀ ਉਦਘਾਟਨ ਹੋ ਜਾਣਾ, ਉਹ ਵੀ 64 ਟਨ ਦਾ ਲਾਇਆ। ਔਰ ਇਸ ਤੋਂ ਇਲਾਵਾ ਕੱਲ੍ਹ ਮਾਣਯੋਗ ਮੁੱਖ ਮੰਤਰੀ ਜੀ ਨੇ ਐਲਾਨ ਵੀ ਕੀਤਾ ਕਿ ਜਿਹੜੇ ਮੱਕੀ ਏਰੀਏ ਦੇ ਵਿੱਚ ਆਉਂਦੇ ਸਾਲ ਜਿੱਥੇ ਜਿੱਥੇ ਵੀ ਲੋੜ ਹੋਏਗੀ ਅਸੀਂ ਸੀਜ਼ਨ ਤੋਂ ਪਹਿਲਾਂ ਜਿਹੜੇ ਮੇਜ਼ ਡਰਾਇਰ ਜਿਹੜੇ ਆ ਉੱਥੇ ਅਸੀਂ ਲਵਾ ਦਿਆਂਗੇ, ਤਾਂ ਜੋ ਕਿ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਡੀਕਰਨ ਦੀ ਸਮੱਸਿਆ ਹੈ ਉਹ ਇਸੇ ਕਰਕੇ ਆ ਰਹੀ ਸੀਗੀ। ਔਰ ਬਾਹਰੋਂ ਜਿਹੜੇ ਵਪਾਰੀ ਸੀ ਉਹ ਇਸ ਕਰਕੇ ਨਹੀਂ ਸੀ ਲੈਂਦੇ ਕਿ ਮੱਕੀ ਗਿੱਲੀ ਹੁੰਦੀ ਹੈ ਔਰ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ। ਸੋ ਸਰਕਾਰ ਜਿਹੜਾ ਹੈ ਇਸ ਵਾਸਤੇ ਅਸ਼ਿਓਰਡ ਮੈਕਾਨਿਜ਼ਮ ਜਿਹੜਾ ਉਹ ਕਰਨ ਵਾਸਤੇ ਜਾ ਰਹੀ ਹੈ, ਔਰ ਇਸ ਵਾਸਤੇ ਭਾਰਤ ਸਰਕਾਰ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਉਹ ਇਸਦੇ ਜਿਹੜੀ ਹੈ ਸਮਰਥਨ ਮੁੱਲ ਜਿਹੜਾ ਉਹ ਕਰੇ ਅਤੇ ਪ੍ਰੋਕਿਓਰਮੈਂਟ ਏਜੰਸੀਆਂ ਦੇ ਰਾਹੀਂ ਜਿਹੜੀ ਉਹ ਇਸ ਦੀ ਜਿਹੜੀ ਖਰੀਦ ਕਰਵਾਵੇ। ਚਲੋ ਗੱਲ ਇਹ ਹੈ ਕਿ ਆਪਾਂ ਇੱਕ ਸਾਲ ਹੋਰ ਗੱਲ ਹੈ ਕਿ ਇਹ ਵਿਸ਼ਵਾਸ ਸਾਨੂੰ ਦਵਾਇਆ ਗਿਆ ਕਿ ਮੱਕੀ ਦੀ ਜਿਹੜੀ ਖਰੀਦ ਹੈ ਉਹ ਵਧੀਆ ਹੋਏਗੀ। ਔਰ ਦੇਖੋ ਸ਼ੁਰੂਆਤ ਹੋ ਗਈ ਹੈ, ਜਿਸ ਤਰ੍ਹਾਂ ਕਿਹਾ ਕਿ ਮੇਲ ਡਰਾਇਰ ਲੱਗ ਗਿਆ, ਇਕੱਲਾ ਮੱਕੀ ਨੂੰ ਸੁਕਾਉਣ ਦੀ ਮਸ਼ੀਨ ਹੀ ਅਗਰ ਲੱਗ ਜਾਵੇ
तो उहदे नाल रेट चंगा मिलने संभावना होंदी और जो रेट चंगा मिले नेट साहब तो कुदरती गल किसान जरूर इस पासे नूं वधिया ढंग नाल पा सकता है।